ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਦੋਸਤ ਭੁਵਨ ਸੋਂਦੀ, ਯੂਨੀਫਾਈਡ ਐਜੂਕੇਸ਼ਨ ਕੰਸਲਟੈਂਟ ਤੋਂ ਤੁਹਾਡੇ ਸਾਹਮਣੇ ਅੱਜ ਫਿਰ ਹਾਜ਼ਰ ਹੈਗਾ ਹਾਂ ਇੱਕ ਨਵੀਂ ਕੰਟਰੀ ਬਾਰੇ। ਦੁਆਰ ਤੋਂ ਗੱਲ ਕਰਾਂਗੇ ਕੈਨੇਡਾ ਬਾਰੇ, ਕੈਨੇਡਾ ਸਟੂਡੈਂਟ ਵੀਜ਼ਾ ਬਾਰੇ। ਕੈਨੇਡਾ ਸਟੂਡੈਂਟ ਵੀਜ਼ਾ ਜਿਹੜਾ ਅੱਜ ਕੱਲ੍ਹ ਹਰ ਬੱਚੇ ਨੂੰ ਪਤਾ ਹੋਊਗਾ, ਸ਼ਾਇਦ ਜਿਹੜਾ ਬੱਚਾ 12th ਜਾਂ ਗ੍ਰੈਜੂਏਸ਼ਨ ਕਰਕੇ ਨਿਕਲਿਆ ਹੈ ਉਹਦਾ ਇੱਕ ਮੇਨ ਮਾਇੰਡ ਵਿੱਚ ਮੋਟਿਵ ਰਹਿੰਦਾ ਹੈ ਜਾਂ ਉਹਦੇ ਇੱਕ ਮਾਇੰਡ ਸੈੱਟ ਰਹਿੰਦਾ ਹੈ ਕਿ ਮੈਂ ਇੱਕ ਫੋਰਨ ਕੰਟਰੀ ਵਿੱਚ ਸਟੱਡੀ ਕਰਨ ਜਾਣਾ ਹੈਗਾ। ਜਿਹੜੇ ਬੱਚਿਆਂ ਦੇ ਇੰਜੀਨੀਅਰਿੰਗ ਕਾਲਜਿਸ ਜਾਂ ਮੈਡੀਕਲ ਕਾਲਜ ਦਾਖਲੇ ਨਹੀਂ ਹੋ ਰਹੇ, ਜਾਂ ਜਿਹੜੇ ਕਮਰਸ ਬੈਕਗਰਾਊਂਡ ਦੇ, ਕਮਰਸ ਬੈਕਗਰਾਊਂਡ ਤੋਂ ਹੋਣ ਤੋਂ ਬਾਅਦ ਉਹ CA ਜਾਂ ਕਿਸੇ ਹੋਰ ਪ੍ਰੋਫੈਸ਼ਨਲ ਸਟ੍ਰੀਮ 'ਚ ਨਹੀਂ ਜਾ ਪਾ ਰਹੇ, ਉਹਨਾਂ ਦੀ ਨੈਕਸਟ ਆਪਸ਼ਨ ਕੀ ਹੈਗੀ ਹੈ ਕਿ ਆਪਾਂ ਫੋਰਨ ਪੜ੍ਹਨ ਜਾਈਏ। ਅਤੇ ਫੋਰਨ ਵੀ ਕਿੱਥੇ? ਕੈਨੇਡਾ। ਕੈਨੇਡਾ ਇਜ਼ ਬੇਸਿਕਲੀ ਅਟਰੈਕਟਿੰਗ ਪੰਜਾਬੀਜ਼ ਆਲ ਓਵਰ। ਉਹ ਪੰਜਾਬੀਜ਼ ਕਿਉਂ ਜਾ ਰਹੇ ਨੇ? ਬਿਕੋਜ਼ ਇੱਕ ਪੰਜਾਬੀਆਂ ਦਾ ਇੱਕ ਡਰੀਮ ਹੁੰਦਾ ਆ ਕਿ ਅਸੀਂ ਕੈਨੇਡਾ ਜਾਂ ਅਮੈਰੀਕਾ ਜ਼ਰੂਰ ਪਹੁੰਚਣਾ ਆ, ਕਿਉਂਕਿ ਉਹਨਾਂ ਦੇ ਫਸਟ, ਸੈਕਿੰਡ, ਥਰਡ ਜਨਰੇਸ਼ਨ ਜਿਹੜੇ ਪਹਿਲਾਂ ਦਾਦੇ ਪੜਦਾਦੇ ਗਏ ਹੈ, ਉਹਨਾਂ ਦੀ ਸਕਸੈਸ ਸਟੋਰੀ ਸੁਣ ਕੇ, ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਇੱਕ ਇੰਸਪੀਰੇਸ਼ਨ ਮਿਲਦੀ ਹੈ ਕਿ ਅਸੀਂ ਇੱਕ ਇਸ ਕੰਟਰੀ ਜਾ ਕੇ ਆਪਣੀ ਲਾਈਫ ਨੂੰ ਵਧੀਆ ਬਣਾਉਣਾ। ਅਗਰ ਗੱਲ ਕਰੀਏ ਅੱਜ ਤੋਂ 25-30 ਸਾਲ ਪਹਿਲਾਂ, ਏਜੰਟਸ ਬਹੁਤ ਪੈਸੇ ਲੈ ਕੇ ਲੋਕਾਂ ਨੂੰ 2 ਨੰਬਰ ਰਾਹੀਂ ਕੈਨੇਡਾ ਭੇਜ ਰਹੇ ਸੀਗੇ, ਪਰ ਹੌਲੀ ਹੌਲੀ ਉਹ ਚੀਜ਼ਾਂ ਚੇਂਜ ਹੋਈਆਂ ਜਦੋਂ ਉੱਥੇ ਪਹੁੰਚ ਕੇ ਲੋਕਾਂ ਨੇ ਦੇਖਿਆ ਕਿ 2 ਨੰਬਰ 'ਤੇ ਪਹੁੰਚ ਕੇ ਜਾਂ ਇੱਥੇ ਆ ਕੇ ਲਾਈਫ ਨੂੰ ਸਿਕਿਓਰ ਕਰਨਾ ਬਹੁਤ ਮੁਸ਼ਕਿਲ ਹੈ। ਅਤੇ ਸੈਕਿੰਡ ਆਪਸ਼ਨ ਵਾਜ਼ ਕਮ ਟੂ ਦਿਸ ਕੰਟਰੀ ਥਰੂ ਸਟੱਡੀ ਵੀਜ਼ਾ, ਜਿਹਦੇ ਨਾਲ ਤੁਸੀਂ 1 ਨੰਬਰ 'ਚ ਇੱਥੇ ਪਹੁੰਚ ਰਹੇ ਹੋ, ਤੁਹਾਡੇ ਕੋਲ ਵਰਕ ਰਾਈਟਸ ਮਿਲ ਰਹੇ ਹੈ, ਤੁਸੀਂ PR ਈਜ਼ੀਲੀ ਅਕੁਆਇਰ ਕਰ ਰਹੇ ਹੋ। ਜਿਹੜੀ ਕੈਨੇਡੀਅਨ ਗਵਰਨਮੈਂਟ ਹੈ ਪ੍ਰਾਈਮ ਮਿਨਿਸਟਰ ਟਰੂਡੋ ਦੀ, ਇਸ ਟਾਈਮ ਉਹ ਬਹੁਤ ਲਿਬਰਲ ਹੈ ਇੰਡੀਅਨਜ਼ ਵਾਸਤੇ, ਸਪੈਸ਼ਲੀ ਪੰਜਾਬੀਜ਼ ਵਾਸਤੇ ਫੋਰ ਸਟੱਡੀ ਵੀਜ਼ਾਜ਼। ਅੱਜ ਦੀ ਡੇਟ ਵਿੱਚ ਅਗਰ ਅਸੀਂ ਦੇਖੀਏ ਪਿੱਛੇ ਸਕਸੈਸ ਰੇਟ ਪਿਛਲੇ 2 ਸਾਲਾਂ ਦਾ, ਤਾਂ ਬਹੁਤ ਜ਼ਿਆਦਾ ਵੀਜ਼ੇ ਗ੍ਰਾਂਟ ਹੋਏ ਆ ਕੈਨੇਡਾ ਦੇ ਵਿੱਚ। ਜਿਹੜਾ ਵੀ ਬੱਚਾ ਜਿਹਦੇ 12th ਵਿੱਚ 60% ਨੰਬਰਸ ਆ ਰਹੇ ਹੈ, ਇਨਡਿਫਰੈਂਟ ਕਿ ਉਹ ਆਰਟਸ ਸਟਰੀਮ ਹੈ ਕਿ ਕਮਰਸ ਸਟਰੀਮ ਹੈ ਜਾਂ ਮੈਡੀਕਲ ਸਟਰੀਮ ਹੈ, ਅਤੇ ਉਹਦੇ ਆਇਲਸ ਵਿੱਚ 6 ਬੈਂਡ ਆ ਰਹੇ ਹੈ, ਉਹ ਅੱਜ ਦੀ ਡੇਟ ਵਿੱਚ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਰਿਹਾ ਅਤੇ ਵੀਜ਼ਾ ਲੈ ਵੀ ਪਾ ਰਿਹਾ ਹੈ। ਇਹ ਬਹੁਤ ਹੀ ਵਧੀਆ ਇੱਕ ਨਿਊਜ਼ ਹੈ, ਇੱਕ ਬੱਚਿਆਂ ਵਾਸਤੇ ਇੱਕ ਐਵੀਨਿਊ ਹੈ ਕਿ ਬੱਚੇ ਈਜ਼ੀਲੀ ਕੈਨੇਡਾ ਦਾ ਸਟੱਡੀ ਵੀਜ਼ਾ ਲੈਣ ਅਤੇ ਕੈਨੇਡਾ ਜਾ ਕੇ ਸਟੱਡੀ ਕਰ ਸਕਣ। ਗੱਲ ਕਰਾਂਗੇ ਕਿ ਅੱਜ ਦੀ ਡੇਟ ਵਿੱਚ ਕੀ ਸਿਨਾਰੀਓ ਹੈ ਕੈਨੇਡਾ ਦਾ ਸਟੱਡੀ ਵੀਜ਼ਾ ਦਾ। 2019 ਕੈਨੇਡਾ ਹੈਜ਼ ਸਟਾਰਟਿਡ ਬਾਇਓਮੈਟ੍ਰਿਕਸ ਫੋਰ ਵਿਜ਼ਟਰਸ ਅਤੇ ਸਟੱਡੀ ਵੀਜ਼ਾ ਐਪਲੀਕੈਂਟਸ। ਕੈਨੇਡਾ ਦੀ ਗਵਰਨਮੈਂਟ ਨੇ ਕੁਛ ਰੂਲਸ ਚੇਂਜ ਕੀਤੇ ਹੈ ਆਪਣੀ ਸਟੱਡੀ ਵੀਜ਼ਾ ਐਪਲੀਕੇਸ਼ਨ ਅਤੇ ਵਿਜ਼ਟਰ ਐਪਲੀਕੇਸ਼ਨਸ ਦੇ ਵਾਸਤੇ। ਕੈਨੇਡਾ ਦੇ ਵਿੱਚ ਜਿਹੜੇ ਬੱਚੇ ਸਟੱਡੀ ਵੀਜ਼ਾ ਐਪਲੀਕੇਸ਼ਨ ਲਗਾ ਰਹੇ ਹੈ, ਪਹਿਲਾਂ 5.5 ਬੈਂਡ ਵਾਲੇ ਬੱਚਿਆਂ ਨੂੰ ਵੀ SDS ਪ੍ਰੋਗਰਾਮ ਦੇ ਵਿੱਚ ਵੀਜ਼ਾ ਅਪਰੂਵਲਸ ਆ ਰਹੇ ਸੀਗੇ, ਪਰ ਹੁਣ ਰੀਸੈਂਟਲੀ ਉਹਨਾਂ ਨੇ ਉਹ 6 ਬੈਂਡ ਕਰ ਦਿੱਤੀ ਹੈਗੀ ਹੈ ਫੋਰ SDS ਪ੍ਰੋਗਰਾਮ। ਜਿਹੜੇ ਬੱਚੇ ਕੈਨੇਡਾ ਦੇ ਵਿੱਚ ਅੱਜ ਦੇ ਸਟੱਡੀ ਵੀਜ਼ਾ ਅਪਲਾਈ ਕਰ ਰਹੇ ਨੇ, ਉਹਨਾਂ ਨੂੰ ਮੋਸਟਲੀ ਜਿਹੜੀ ਆਪਸ਼ਨਸ ਮਿਲ ਰਹੀਆਂ ਆ, ਜਾਂ ਤਾਂ ਉਹਨਾਂ ਨੂੰ ਓਨਟੈਰੀਓ ਜਾਂ BC ਵੈਨਕੂਵਰ ਜਾਂ ਟੋਰਾਂਟੋ ਜਾਂ ਬ੍ਰਾਮਟਨ, ਇਹਨਾਂ ਏਰੀਆਜ਼ ਵਿੱਚ ਮਿਲ ਰਹੀਆਂ ਜਿੱਥੇ ਕਾਲਜਿਸ ਮੋਸਟਲੀ ਬੱਚੇ ਪੰਜਾਬੀ ਜਿਹੜੀ ਪਾਪੂਲੇਸ਼ਨ ਹੈਗੀ ਹੈ ਉਹ ਉੱਥੇ ਹੈਗੀ ਹੈ, ਅਤੇ ਬੱਚੇ ਉੱਥੇ ਹੀ ਜਾਣਾ ਪ੍ਰੈਫਰੈਂਸ ਕਰ ਰਹੇ ਆ। ਪਰ ਇਹਨਾਂ ਕਾਲਜਿਸ ਵਿੱਚ ਜਿਹਨਾਂ ਬੱਚਿਆਂ ਦੇ ਥੋੜ੍ਹੇ ਜਿਹੇ ਲੋ ਬੈਂਡਸ ਜਾਂ ਸਕੋਰ 12th ਵਿੱਚ ਜਾਂ ਗ੍ਰੈਜੂਏਸ਼ਨ ਘੱਟ ਹੈਗਾ ਹੈ, ਉਹਨਾਂ ਨੂੰ ਵੀਜ਼ਾ ਸਕਸੈਸਫੁਲ ਨਹੀਂ ਹੋ ਰਹੇ ਆ, ਇਹਨਾਂ ਬੱਚਿਆਂ ਵਾਸਤੇ ਸਾਡੇ ਕੋਲ ਬਹੁਤ ਅੱਛੀ ਆਪਸ਼ਨ ਹੈਗੀ ਹੈ, ਦੈਟ ਇਜ਼ ਕਿਊਬੈਕ। ਕਿਊਬੈਕ ਇਜ਼ ਪਾਰਟ ਆਫ ਕੈਨੇਡਾ, ਬਟ ਉਹਨਾਂ ਦੀ ਇੱਕੋ ਹੀ ਪ੍ਰੋਬਲਮ ਹੈਗੀ ਹੈ ਕਿ ਇਟ ਇਜ਼ ਅ ਫਰੈਂਚ ਸਪੀਕਿੰਗ ਸਟੇਟ। ਕਿਊਬੈਕ ਦੇ ਵਿੱਚ ਅੱਜ ਦੀ ਡੇਟ ਵਿੱਚ ਪੰਜਾਬੀ ਜਿਹੜੇ ਹੈਗੇ ਆ ਉਹਨਾਂ ਦੀ ਐਪਲੀਕੇਸ਼ਨਸ ਘੱਟ ਹੈਗੀਆਂ ਆ, ਇਸ ਕਰਕੇ ਉੱਥੇ ਵਰਕ ਦੀ ਬਹੁਤ ਜ਼ਿਆਦਾ ਅਵੇਲੇਬਿਲਟੀ ਹੈ। ਕਿਊਬੈਕ ਦੇ ਵਿੱਚ ਲੋਕ ਅਪਲਾਈ ਇਸ ਲਈ ਨਹੀਂ ਕਰ ਰਹੇ ਕਿਉਂਕਿ ਉਹ ਫਰੈਂਚ ਸਟੇਟ ਹੋਣ ਕਾਰਨ ਲੋਕ ਕਹਿੰਦੇ ਕਿ ਜੀ ਉੱਥੇ ਫਰੈਂਚ ਬੋਲੀ ਜਾ ਰਹੀ ਹੈ ਇਸ ਲਈ ਅਸੀਂ ਅਪਲਾਈ ਨਹੀਂ ਕਰਨਾ। ਔਨ ਦਾ ਕੌਂਟਰੇਰੀ, ਕਿਊਬੈਕ ਦੇ ਵਿੱਚ ਵਰਕ ਵੀ ਹੈਗਾ ਆ, ਉੱਥੇ PR ਦੇ ਐਵੀਨਿਊਜ਼ ਵੀ ਜ਼ਿਆਦਾ ਹੈਗੇ ਆ, ਅਤੇ ਜਿਹੜੇ ਬੱਚੇ ਜਿਨ੍ਹਾਂ ਦੇ ਓਨਟੈਰੀਓ ਜਾਂ ਵੈਨਕੂਵਰ ਦੇ ਵਿੱਚ ਵੀਜ਼ਾ ਸਕਸੈਸਫੁਲ ਨਹੀਂ ਹੋਏ, 1 ਜਾਂ 2 ਵਾਰ ਰਿਫਿਊਜ਼ਲਸ ਹੋਏ ਆ, ਆਪਾਂ ਉਹਨਾਂ ਦੇ ਕਿਊਬੈਕ ਦੇ ਵਿੱਚ ਵੀਜ਼ਾਸ ਕਰਵਾ ਕੇ ਦਿੱਤੇ ਹੈਗੇ ਆ। CAQ ਲੈਟਰ ਇਜ਼ ਬੇਸਿਕਲੀ ਗਵਰਨਮੈਂਟ ਆਫ ਜਿਹੜੀ ਕਿਊਬੈਕ ਹੈਗੀ ਹੈ ਉਹਨਾਂ ਦੀ ਸਟੇਟ ਤੋਂ, ਉਹ ਆਥੋਰਾਈਜ਼ ਕਰਦੀ ਹੈ ਕਿ ਇਹ ਸਟੂਡੈਂਟ ਜਿਹੜਾ ਜੈਨੂਇਨ ਸਟੂਡੈਂਟ ਹੈ ਅਤੇ ਅਸੀਂ ਉਹਨੂੰ ਵੈਰੀਫਾਈ ਕਰਦੇ ਹਾਂ ਕਿ ਸਾਡੇ ਕੋਲ ਸਾਡੀ ਸਟੇਟ 'ਚ ਆ ਕੇ ਪੜ੍ਹ ਸਕਦਾ ਹੈ। ਸਾਡੇ ਕੋਲ ਉੱਥੇ ਲੋਕਲ ਲੋਇਰਸ ਹੈ ਜਿਹੜੇ ਕਿ ਉਹ ਉਹਨੂੰ ਫੈਸਿਲੀਟੇਟ ਕਰਕੇ 10 to 15 ਡੇਜ਼ ਦੇ ਅੰਦਰ ਉਹ ਲੈਟਰ ਜਿਹੜੀ ਹੈਗੀ ਹੈ ਉਹ ਇਸ਼ੂ ਕਰਵਾ ਦਿੰਦੇ ਹੈਗੇ ਹੈ, ਜਿਸ ਕਰਕੇ ਅਸੀਂ ਉਹਦੀ ਐਪਲੀਕੇਸ਼ਨ ਜਲਦੀ ਪ੍ਰੋਸੈਸ ਕਰਵਾ ਕੇ ਅਤੇ ਉਹਦਾ ਵੀਜ਼ਾ ਜਲਦੀ ਲੈ ਸਕਦੇ ਹਾਂ। ਅਦਰਵਾਈਜ਼ ਇਹੀ ਪ੍ਰੋਬਲਮ ਜਿਹੜੇ ਬਾਕੀ ਕੰਸਲਟੈਂਟਸ ਹੈ ਉਹਨਾਂ ਨੂੰ ਇਹ 2 ਜਾਂ 3 ਮਹੀਨੇ ਲੱਗਦੇ ਪਏ ਇੱਕ CAQ ਲੈਟਰ ਲੈਣ ਦੇ ਵਾਸਤੇ ਹੀ। ਜਿਹੜੇ ਬੱਚੇ ਵੀ ਕੈਨੇਡਾ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਉਹ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਨੇ, ਸਾਡੇ ਦਿੱਤੇ ਹੋਏ ਨੰਬਰਸ ਦੇ ਉੱਤੇ ਉਹ ਕਾਲ ਕਰ ਸਕਦੇ ਨੇ, ਸਾਡੇ ਨਾਲ ਆਪਣੀ ਜਿਹੜੀ ਪ੍ਰੋਬਲਮ ਹੈਗੀ ਹੈ ਜਾਂ ਜੋ ਰਿਫਿਊਜ਼ਲ ਦੇ ਰੀਜ਼ਨਸ ਹੈਗੇ ਉਹ ਡਿਸਕਸ ਕਰ ਸਕਦੇ ਨੇ, ਆਪਣੇ ਅਕੈਡਮਿਕਸ, ਆਪਣੇ ਰਿਫਿਊਜ਼ਲਸ
ਜੋ ਕੁਝ ਹੈਗੇ ਆ ਸਾਡੇ ਕੋਲ ਤੁਸੀਂ ਲੈ ਕੇ ਵਿਜ਼ਿਟ ਕਰੋ। ਹੋ ਸਕੇ ਤੇ ਤੁਹਾਡੇ ਫਾਰਮ ਦੇ ਵਿੱਚ ਕੀ ਇਨਫੋਰਮੇਸ਼ਨ ਭਰੀ ਸੀਗੀ ਉਹ ਵੀ ਤੁਸੀਂ ਅਗਰ ਲੈ ਕੇ ਆਓਗੇ ਤਾਂ ਇਟ ਵਿਲ ਬੀ ਗੁੱਡ ਫਾਰ ਯੂ। ਅਸੀਂ ਉਹ ਸਟੱਡੀ ਕਰਾਂਗੇ, ਸਾਡੀ ਟੀਮ ਜਿਹੜੀ ਹੈਗੀ ਉਹ 'ਤੇ ਵਰਕ ਕਰੇਗੀ ਅਤੇ ਵੀਲ ਮੇਕ ਸ਼ੋਰ ਕਿ ਅਸੀਂ ਤੁਹਾਨੂੰ ਉਹ ਵੀਜ਼ਾ ਦਵਾਈਏ ਅਤੇ ਤੁਹਾਨੂੰ ਜਿਹੜੀ ਤੁਹਾਡੀ ਡ੍ਰੀਮ ਡੈਸਟੀਨੇਸ਼ਨ ਹੈਗੀ ਹੈ ਕੈਨੇਡਾ, ਆਪਾਂ ਤੁਹਾਨੂੰ ਉੱਥੇ ਪਹੁੰਚਾਈਏ। ਤੁਹਾਡੀ ਸਕਸੈਸ ਵਿੱਚ ਸਾਡੀ ਸਕਸੈਸ ਹੈ ਅਤੇ ਤੁਹਾਡੀ ਜਿਹੜੀ ਇੱਕ ਹੈਪੀਨੈਸ ਹੈਗੀ ਹੈ, ਤੁਹਾਡੀ ਖੁਸ਼ੀ ਹੈ, ਉਹਦੇ ਵਿੱਚ ਸਾਡੀ ਖੁਸ਼ੀ ਹੈ। ਅਸੀਂ ਤੁਹਾਡਾ ਸਾਥ ਸਿਰਫ ਤੁਹਾਨੂੰ ਵੀਜ਼ਾ ਦਿਵਾਉਣ ਤੱਕ ਨਹੀਂ ਰੱਖਾਂਗੇ, ਤੁਹਾਡੇ ਨਾਲ ਆਪਾਂ ਅੱਗੇ ਤੱਕ ਚੱਲਾਂਗੇ। ਤੁਹਾਨੂੰ ਏਅਰਪੋਰਟ ਅਸਿਸਟੈਂਸ ਦਵਾਵਾਂਗੇ, ਤੁਹਾਨੂੰ ਅਕੋਮੋਡੇਸ਼ਨ ਅਸਿਸਟੈਂਸ ਦਵਾਵਾਂਗੇ, ਤੁਹਾਨੂੰ ਵਰਕ ਅਸਿਸਟੈਂਸ ਦਵਾਵਾਂਗੇ। ਜਿਨ੍ਹਾਂ ਲੋਕਾਂ ਦੇ ਕੋਈ ਰਿਲੇਟਿਵਸ ਜਾਂ ਕੋਈ ਨੋਨ ਕਿਊਬੇਕ ਮੋਂਟਰੀਅਲ ਨਹੀਂ ਹੈਗੇ ਹੈ, ਉਹਨਾਂ ਨੂੰ ਇਹ ਡਰਨ ਦੀ ਲੋੜ ਨਹੀਂ ਹੈਗੀ ਕਿ ਅਸੀਂ ਉੱਥੇ ਜਾ ਕੇ ਕਿੱਦਾਂ ਸਟਾਰਟ ਕਰਾਂਗੇ ਆਪਣੀ ਲਾਈਫ। ਮੈਂ ਫਿਰ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਅਪੀਲ ਕਰਾਂਗਾ, ਜਿਨ੍ਹਾਂ ਦੇ ਕੈਨੇਡਾ ਰਿਫਿਊਜ਼ਲਸ ਆਏ ਹੈ, ਪਲੀਜ਼ ਸਾਡੇ ਆਫਿਸ ਵਿਜ਼ਿਟ ਕਰੋ, ਸਾਡੇ ਕੋਲ ਆਪਣਾ ਕੇਸ ਡਿਸਕਸ ਕਰੋ ਅਤੇ ਆਪਣਾ ਵੀਜ਼ਾ ਸਕਸੈਸਫੁਲ ਕਰਵਾ ਕੇ ਸਾਡੇ ਤੋਂ ਤੁਸੀਂ ਕੈਨੇਡਾ ਜਾ ਸਕਦੇ ਹੋ ਅਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। ਇਹਦੇ ਨਾਲ ਹੀ ਮੈਂ ਤੁਹਾਡੇ ਤੋਂ ਇਜਾਜ਼ਤ ਲਵਾਂਗਾ, ਜਲਦੀ ਤੁਹਾਨੂੰ ਮਿਲਾਂਗਾ, ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ, ਧੰਨਵਾਦ।